ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। 19 ਮਈ ਨੂੰ ਹੁਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ। ਪੇਪਰ ਦਾਖਲ ਕਰਵਾਉਣ ਲਈ ਗੁਰਾਇਆ ਤੋਂ ਹਲਕਾ ਫਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸੈਂਕੜੇ ਵਰਕਰਾਂ ਦਾ ਜਥਾ ਜਲੰਧਰ ਲਈ ਰਵਾਨਾ ਹੋਇਆ। ਇਸ ਮੌਕੇ ਬੋਲਦਿਆਂ ਵਿਧਾਇਕ ਬਲਦੇਵ ਸਿੰਘ ਖਹਿਰਾ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਮਿਲ ਰਹੇ ਹੁੰਗਾਰੇ ਤੋਂ ਸਾਫ਼ ਹੁੰਦਾ ਹੈ ਕਿ ਚਰਨਜੀਤ ਸਿੰਘ ਅਟਵਾਲ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨਗੇ। ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਧਕ ਸਕੱਤਰ ਅਮਰਜੀਤ ਸਿੰਘ ਸੰਧੂ, ਸਰਕਲ ਪ੍ਰਧਾਨ ਤੀਰਥ ਸਿੰਘ ਢੇਸੀ, ਜਥੇਦਾਰ ਸਤਿੰਦਰਪਾਲ ਸਿੰਘ ਤੰਜੂ, ਮੁਲਖਾ ਸਿੰਘ, ਸੁਰਿੰਦਰ ਸਿੰਘ ਕਟੌੜਾ, ਬਾਬਾ ਗੁਰਮੀਤ ਸਿੰਘ, ਮੱਖਣ ਸਿੰਘ ਢਿੱਲੋਂ, ਨਛੱਤਰ ਸਿੰਘ ਲੰਬੜਦਾਰ, ਕੁਲਦੀਪ ਸਿੰਘ ਬਾਸੀ, ਸੰਤੋਖ ਕਾਰੂ, ਜੁਝਾਰ ਸੱਗੂ, ਹਰਕਮਲ ਸਿੰਘ, ਤਰਲੋਕ ਸਿੰਘ, ਗੁਰਤੇਜ ਸਿੰਘ ਜੌਹਲ, ਛਿੰਦਾ ਬੀਏ, ਹਰਮੇਸ਼ ਲਾਲ ਐਮਸੀ, ਸੰਜੀਵ ਹੀਰ, ਕਿੰਦਾ ਬੋਪਰਾਏ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਬੜੇ ਹੀ ਸਤਿਕਾਰਯੋਗ, ਇਮਾਨਦਾਰ, ਦਿਆਨਤਦਾਰ ਉਮੀਦਵਾਰ ਡਾਕਟਰ ਚਰਨਜੀਤ ਸਿੰਘ ਜੀ ਅਟਵਾਲ, ਸਾਬਕਾ ਸਪੀਕਰ ਵਿਧਾਨ ਸਭਾ ਪੰਜਾਬ ਅਤੇ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਭਾਰਤ, ਅੱਜ ਜਲੰਧਰ ਵਿਖੇ ਉਹਨਾਂ ਦੇ ਜਿਹੜੇ ਨੋਮੀਨੇਸ਼ਨ ਪੇਪਰ ਹੈ ਉਹ ਫਾਈਲ ਕਰਨੇ ਆ। ਸਮੁੱਚੇ ਹਲਕਾ ਫਲੋਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਅਸੀਂ ਸਮੁੱਚੀ ਟੀਮ ਅੱਜ ਉਹਨਾਂ ਦੇ ਪੇਪਰ ਦਾਖਲ ਕਰਵਾਉਣ ਵਾਸਤੇ ਗੁਰਾਇਆਂ ਤੋਂ ਅਸੀਂ ਜਾ ਰਹੇ ਹਾਂ। ਔਰ ਮੈਂ ਹਲਕਾ ਨਿਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੋਟਾਂ ਦੇ ਨਾਲ 19 ਤਰੀਕ ਨੂੰ ਡਾਕਟਰ ਚਰਨਜੀਤ ਸਿੰਘ ਜੀ ਅਟਵਾਲ ਸਾਹਿਬ ਨੂੰ ਜਿਹੜਾ ਉਹ ਇੱਥੋਂ ਜਿਤਾਉਣ, ਅਤੇ ਇੱਥੇ ਜੋ ਲੋਕਾਂ ਦਾ ਮਾਹੌਲ ਹੈ ਉਹ ਤੋਂ ਇਹ ਲੱਗਦਾ ਵੀ ਡਾਕਟਰ ਚਰਨਜੀਤ ਸਿੰਘ ਜੀ ਅਟਵਾਲ ਸਾਹਿਬ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਉਹ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਜਾਣਗੇ ਅਤੇ ਦੇਸ਼ ਦੀ ਸਰਕਾਰ ਦੇ ਵਿੱਚ ਜਾ ਕੇ ਹਿੱਸਾ ਪਾਉਣਗੇ ਅਤੇ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਸਾਰੀਆਂ ਸੰਗਤਾਂ ਦਾ ਧੰਨਵਾਦ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰ ਅੱਜ ਸੈਲਾਬ ਦੀ ਤਰ੍ਹਾਂ ਅੱਜ ਚੋਣ ਮੁਹਿੰਮ ਨੂੰ ਚਲਾ ਰਹੇ ਹਨ। ਔਰ ਅੱਜ ਦਾ ਜਿਹੜਾ ਰੋਡ ਸ਼ੋਅ ਹੈ, ਸਰਦਾਰ ਚਰਨਜੀਤ ਸਿੰਘ ਅਟਵਾਲ ਜੀ ਦਾ ਰੋਡ ਸ਼ੋਅ ਅੱਜ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਅਰਦਾਸ ਬੇਨਤੀ ਕਰਕੇ ਅੱਜ ਤੁਰਿਆ ਹੈ। ਔਰ ਬਟਮ ਪਾਰਕ ਤੋਂ ਬਿਲਕੁਲ ਸ਼ਾਂਤਮਈ ਵਧੀਆ ਤਰੀਕੇ ਨਾਲ ਅਸੀਂ ਪੁੱਡਾ ਗਰਾਊਂਡ ਤੱਕ ਪਹੁੰਚ ਕੇ ਉੱਥੇ ਆਰਾਮ ਨਾਲ ਉੱਥੇ ਫਿਰ ਅਟਵਾਲ ਸਾਹਿਬ ਨੇ 5 ਜਣੇ ਜਾ ਕੇ ਕਾਗਜ਼ ਭਰ ਰਹੇ ਹੈ। ਔਰ ਜਿੰਨਾ ਉਤਸ਼ਾਹ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਔਰ ਜਿੰਨੀ ਸੰਗਤ ਉਮੜ ਕੇ ਬਾਹਰ ਆ ਰਹੀ ਹੈ, ਜਲੰਧਰ ਦੀ ਜਿੱਤ ਯਕੀਨੀ ਹੈ। 19 ਮਈ ਨੂੰ ਜੋ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ, ਅੱਜ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਚਰਨਜੀਤ ਸਿੰਘ ਜੀ ਅਟਵਾਲ ਸਾਹਿਬ, ਜਿਨ੍ਹਾਂ ਨੇ ਅੱਜ ਪੇਪਰ ਫਾਈਲ ਕਰਨੇ ਆ ਜਲੰਧਰ ਵਿਖੇ, ਅਤੇ ਅੱਜ ਉਹਨਾਂ ਦੀ ਇਲੈਕਸ਼ਨ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਅਤੇ ਬਹੁਤ ਵੱਡਾ ਜਥਾ ਜਿਹੜਾ ਗਰਾਇਆਂ ਤੋਂ ਉਹਨਾਂ ਦੇ ਪੇਪਰ ਨੋਮੀਨੇਟ ਕਰਾਉਣ ਦੇ ਲਈ ਜਾ ਰਿਹਾ। ਅੱਜ ਪੰਜਾਬ ਦੇ ਲੋਕ ਜੋ ਪਿਛਲੇ ਸਮਿਆਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਨਾਲ ਝੂਠੀਆਂ ਕਸਮਾਂ, ਝੂਠੇ ਵਾਅਦੇ ਕਰਕੇ ਉਹਨਾਂ ਨੂੰ ਲੁੱਟਿਆ ਅਤੇ ਕੁੱਟਿਆ, ਅੱਜ ਲੋਕ ਇਸ ਗੱਲ ਦਾ ਮੁੱਲ ਮੋੜਨ ਦੇ ਲਈ, ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਤਿਆਰ ਬੈਠੇ ਆ ਅਤੇ ਉਹ 19 ਤਰੀਕ ਦੀ ਉਡੀਕ ਕਰ ਰਹੇ ਆ।